ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਚਰਨਜੀਤ ਸਿੰਘ। ਜਦੋਂ ਝੋਨੇ 'ਚ ਜਾਂ ਬਾਕੀ ਫਸਲਾਂ 'ਚ ਖਾਦਾਂ ਦੀ ਗੱਲ ਆਉਂਦੀ ਹੈ ਤਾਂ ਆਪਣੇ ਦਿਮਾਗ 'ਚ ਤਿੰਨ ਕੁ ਖਾਦਾਂ ਹੀ ਜ਼ਿਆਦਾਤਰ ਆਉਂਦੀਆਂ ਨੇ, ਨਾਈਟ੍ਰੋਜਨ, ਪੋਟਾਸ਼ ਅਤੇ ਫਾਸਫੋਰਸ। ਪਰ ਇਹਨਾਂ ਤੋਂ ਬਾਅਦ ਦੇ ਵਿੱਚ ਵੀ ਤਕਰੀਬਨ 16 ਤਰ੍ਹਾਂ ਦੇ ਤੱਤ ਜਿਹੜੇ ਹੁੰਦੇ ਨੇ, ਉਹਨਾਂ ਦੀ ਇੱਕ ਫਸਲ ਨੂੰ ਲੋੜ ਪੈਂਦੀ ਹੈ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ, ਪੈਦਾ ਹੋਣ ਤੋਂ ਲੈ ਕੇ ਪੱਕਣ ਤੱਕ, ਜਿਨ੍ਹਾਂ ਵੱਲ ਅਕਸਰ ਆਪਣਾ ਕਿਤੇ ਨਾ ਕਿਤੇ ਧਿਆਨ ਨਹੀਂ ਜਾਂਦਾ ਅਤੇ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਝਾੜ ਦੇ ਵਿੱਚ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲਦਾ। ਸੋ ਅੱਜ ਆਪਾਂ ਸਲਫਰ ਬਾਰੇ ਗੱਲ ਕਰਦੇ ਹਾਂ। ਸਲਫਰ ਦੇ ਕੀ ਫਾਇਦੇ ਨੇ, ਕਦੋਂ ਆਪਾਂ ਝੋਨੇ 'ਚ ਵਰਤਣਾ, ਘਾਟ ਦੀਆਂ ਨਿਸ਼ਾਨੀਆਂ ਕੀ ਨੇ, ਸਭ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ। ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗੇ ਬੈਲ ਦੇ ਬਟਨ ਨੂੰ ਵੀ ਦਬਾ ਲਓ ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਸੋ ਨਾਈਟ੍ਰੋਜਨ, ਪੋਟਾਸ਼, ਫਾਸਫੋਰਸ, ਇਹਨਾਂ ਤੋਂ ਬਾਅਦ ਦੇ ਵਿੱਚ ਸਲਫਰ ਵੀ ਫਸਲਾਂ ਲਈ ਕਾਫੀ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜੇ ਆਪਾਂ ਇਹਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਗੱਲ ਕਰਦੇ ਹਾਂ ਤਾਂ ਸਲਫਰ ਦੀ ਘਾਟ ਜਿਹੜੀ ਹੈ ਨਾਈਟ੍ਰੋਜਨ ਦੀ ਘਾਟ ਨਾਲ ਕਾਫੀ ਹੱਦ ਤੱਕ ਮੇਲ ਖਾਂਦੀ ਹੈ। ਸਲਫਰ ਦੀ ਘਾਟ ਨਾਲ ਵੀ ਪੱਤੇ ਪੀਲੇ ਹੁੰਦੇ ਨੇ ਅਤੇ ਨਾਈਟ੍ਰੋਜਨ ਦੀ ਘਾਟ ਜਿਹੜੀ ਹੈ ਇਹਦੇ ਨਾਲ ਵੀ ਪੱਤੇ ਪੀਲੇ ਹੁੰਦੇ ਨੇ, ਪਰ ਇਹਨਾਂ ਦੇ ਵਿੱਚ ਅੰਤਰ ਕੀ ਹੈ, ਨਾਈਟ੍ਰੋਜਨ ਦੀ ਘਾਟ ਨਾਲ ਝੋਨੇ ਦਾ ਜਿਹੜਾ ਬੂਟਾ ਹੈ ਉਹਦੇ ਹੇਠਲੇ ਪੱਤੇ ਪੀਲੇ ਹੁੰਦੇ ਨੇ, ਪਰ ਸਲਫਰ ਦੀ ਘਾਟ ਦੇ ਨਾਲ ਉੱਪਰਲੇ ਪੱਤੇ ਪੀਲੇ ਹੁੰਦੇ ਨੇ ਅਤੇ ਪੂਰੇ ਪੱਤੇ ਪੀਲੇ ਨਹੀਂ ਹੁੰਦੇ, ਵਿੱਚ ਵਿੱਚ ਜਿਹੜੀਆਂ ਧਾਰੀਆਂ ਨੇ ਉਹ ਹਰੇ ਰੰਗ ਦੀਆਂ ਹੁੰਦੀਆਂ ਨੇ ਅਤੇ ਬਾਕੀ ਪੱਤਾ ਜਿਹੜਾ ਉਹ ਪੀਲਾ ਹੁੰਦਾ। ਇਹ ਜਿੱਦਾਂ ਤੁਸੀਂ ਦੇਖਦੇ ਪਏ ਉਹ ਪੱਤਾ ਇਸ ਤਰੀਕੇ ਦੇ ਨਾਲ ਸਲਫਰ ਦੀ ਘਾਟ ਜਿਹੜੀ ਹੈ ਉਹ ਆਪਾਂ ਨੂੰ ਦਿਖਾਈ ਦਿੰਦੀ ਹੈ, ਵਿੱਚੋਂ ਧਾਰੀਆਂ ਜਿਹੜੀਆਂ ਨੇ ਉਹ ਹਰੇ ਰੰਗ ਦੀਆਂ ਹੁੰਦੀਆਂ ਨੇ, ਬਾਕੀ ਪੱਤਾ ਜਿਹੜਾ ਪੀਲਾ ਹੁੰਦਾ ਹੈ। ਨਾਈਟ੍ਰੋਜਨ ਦੀ ਘਾਟ ਦੇ ਨਾਲ ਪੂਰੇ ਦਾ ਪੂਰਾ ਪੱਤਾ ਜਿਹੜਾ ਹੈ ਉਹ ਆਪਣਾ ਸਾਰਾ ਹੀ ਪੀਲਾ ਹੁੰਦਾ। ਸੋ ਸਲਫਰ ਜਿਹੜੀਆਂ ਅਨਾਜ ਵਰਗੀ ਉਹ ਫਸਲਾਂ ਨੇ, ਅਨਾਜ ਵਾਲੀਆਂ ਫਸਲਾਂ ਨੇ ਉਹਨਾਂ ਦੇ ਵਿੱਚ 3 ਤੋਂ 5 ਕਿਲੋ, ਜਿਹੜੀਆਂ ਦਾਲ ਵਾਲੀਆਂ ਫਸਲਾਂ ਨੇ ਉਹਨਾਂ ਦੇ ਵਿੱਚ 5 ਤੋਂ 8 ਕਿਲੋ, ਅਤੇ ਜਿਹੜੀਆਂ ਤੇਲ ਵਾਲੀਆਂ ਫਸਲਾਂ ਨੇ ਉਹਨਾਂ ਦੇ ਵਿੱਚ 8 ਤੋਂ 20 ਕਿਲੋ ਸਲਫਰ ਜਿਹੜੀ ਹੈ ਪ੍ਰਤੀ 1 ਟਨ ਅਨਾਜ ਬਣਾਉਣ ਲਈ ਚਾਹੀਦੀ ਹੈ। 1 ਟਨ ਯਾਨੀ ਕਿ 10 ਕੁਇੰਟਲ ਅਨਾਜ ਬਣਾਉਣ ਲਈ ਇੰਨੀ ਸਲਫਰ ਦੀ ਆਪਾਂ ਨੂੰ ਜਿਹੜੀ ਲੋੜ ਹੈ ਉਹ ਪੈਂਦੀ ਹੈ। ਫਸਲਾਂ ਦੇ ਵਿੱਚ ਸਲਫਰ ਦੇ 3 ਤਰ੍ਹਾਂ ਦੇ ਆਪਾਂ ਨੂੰ ਜਿਹੜੇ ਫਾਇਦੇ ਨੇ ਉਹ ਦੇਖਣ ਨੂੰ ਮਿਲਦੇ ਨੇ। ਸਭ ਤੋਂ ਪਹਿਲਾਂ ਇਹ ਕੀਟਨਾਸ਼ਕ ਦਾ ਕੰਮ ਕਰਦੀ ਹੈ, ਦੂਸਰੇ ਨੰਬਰ 'ਤੇ ਇਹ ਟੌਨਿਕ ਦਾ ਕੰਮ ਵੀ ਕਰਦੀ ਹੈ, ਫਸਲਾਂ ਦੇ ਵਾਧੇ ਵਿਕਾਸ ਵੀ ਇਹ ਕਰਵਾਉਂਦੀ ਹੈ, ਤੀਸਰੇ ਨੰਬਰ 'ਤੇ ਫੰਗੀਸਾਈਡ ਦਾ ਕੰਮ ਵੀ ਕਰਦੀ ਹੈ। ਇਹਦੀ ਘਾਟ ਜ਼ਿਆਦਾਤਰ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜਿੱਥੇ ਆਪਾਂ ਲੰਮੇ ਸਮੇਂ ਤੋਂ ਰੂੜੀ ਨਹੀਂ ਪਾਈ ਜਾਂ ਕੋਈ ਹਰੀ ਖਾਦ ਦੀ ਬਿਜਾਈ ਆਪਾਂ ਨਹੀਂ ਕੀਤੀ, ਜਾਂ ਫਿਰ ਦਾਲ ਵਾਲੀਆਂ ਫਸਲਾਂ ਆਪਾਂ ਜ਼ਮੀਨ ਦੇ ਵਿੱਚੋਂ ਲੈਂਦੇ ਹਾਂ, ਜਿੱਥੇ ਦਾਲ ਵਾਲੀਆਂ ਫਸਲਾਂ ਜਾਂ ਤੇਲ ਵਾਲੀਆਂ ਫਸਲਾਂ ਜ਼ਿਆਦਾ ਬੀਜੀਆਂ ਜਾਂਦੀਆਂ ਨੇ, ਉੱਥੇ ਸਲਫਰ ਦੀ ਕਮੀ ਆਪਾਂ ਨੂੰ ਜ਼ਿਆਦਾਤਰ ਦੇਖਣ ਨੂੰ ਮਿਲ ਜਾਂਦੀ ਹੈ। ਇੰਡੀਆ ਦੇ ਵਿੱਚ 50% ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਸਲਫਰ ਦੀ ਕਮੀ ਹੈਗੀ ਹੈ। 50% ਇੰਡੀਆ ਦੀ ਜ਼ਮੀਨ ਦੇ ਵਿੱਚ ਸਲਫਰ ਦੀ ਕਮੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਬਾਜ਼ਾਰ ਦੇ ਵਿੱਚੋਂ ਇਹ ਤਿੰਨੋਂ ਹੀ ਫਾਰਮ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ, ਪਾਊਡਰ ਫਾਰਮ 'ਚ ਵੀ ਮਿਲ ਜਾਂਦੀ ਹੈ, ਲਿਕੁਇਡ ਫਾਰਮ 'ਚ ਵੀ ਮਿਲ ਜਾਂਦੀ ਹੈ, ਅਤੇ ਨਾਲ ਦੀ ਨਾਲ ਦਾਣੇਦਾਰ ਫਾਰਮ ਦੇ ਵਿੱਚ ਵੀ ਆਪਾਂ ਨੂੰ ਇਹ ਜਿਹੜੀ ਹੈ ਸਲਫਰ ਮਿਲ ਜਾਂਦੀ ਹੈ। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਸਲਫਰ ਤੁਸੀਂ ਲੈ ਕੇ ਵਰਤੋਂ ਕਰ ਸਕਦੇ ਹੋ। ਪਾਉਣ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀਆਂ ਅਨਾਜ ਵਾਲੀਆਂ ਫਸਲਾਂ ਨੇ, ਜਿਸ ਤਰੀਕੇ ਆਪਣੀ ਕਣਕ ਹੋ ਗਈ ਜਾਂ ਜੌਂ ਹੋ ਗਏ, ਇਹਨਾਂ ਦੇ ਵਿੱਚ 3 ਤੋਂ 5 ਕਿਲੋ ਪ੍ਰਤੀ 1 ਟਨ ਅਨਾਜ ਬਣਨ ਦੇ ਲਈ 3 ਤੋਂ 5 ਕਿਲੋ ਸਲਫਰ ਦੀ ਲੋੜ ਪੈਂਦੀ ਹੈ ਫਸਲ ਨੂੰ। ਦਾਲ ਵਾਲੀਆਂ ਫਸਲਾਂ 'ਚ 5 ਤੋਂ 8 ਕਿਲੋ ਅਤੇ ਤੇਲ ਵਾਲੀਆਂ ਫਸਲਾਂ 'ਚ 8 ਤੋਂ 20 ਕਿਲੋ ਸਲਫਰ ਜਿਹੜੀ ਹੈ ਆਪਾਂ 1 ਟਨ ਅਨਾਜ ਦੇ ਪਿੱਛੇ ਜ਼ਮੀਨ ਦੇ ਵਿੱਚ ਪਾਉਣੀ ਹੈ। ਪ੍ਰਤੀ 10 ਕੁਇੰਟਲ ਦੇ ਪਿੱਛੇ 1 ਟਨ ਦੇ ਪਿੱਛੇ ਇੰਨੀ ਇੰਨੀ ਸਲਫਰ ਦੀ ਲੋੜ ਜਿਹੜੀ ਹੈ ਉਹ ਫਸਲਾਂ ਨੂੰ ਪੈਂਦੀ ਹੈ। ਸੋ ਸਲਫਰ ਬਾਰੇ ਇਹੀ ਜਾਣਕਾਰੀ ਸੀ, ਚੰਗੀ ਲੱਗੀ ਤਾਂ ਇਹਨੂੰ ਹੋਰ ਕਿਸਾਨਾਂ ਦੇ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ।